Hey guys, this is Sukhveer. I welcome you guys on my channel. If you are new here, please subscribe it and press the bell icon to get notifications. Hi friends, in this video, I'm going to discuss talk about your favorite curtain. ਪੈਥੇ ਗੱਲ ਕਰਨੀ ਆ ਤੁਹਾਡੇ ਕੋਈ ਆਪਣੇ ਕੋਈ ਵੀ ਫੇਵਰੇਟ ਕਰਟਨ ਬਾਰੇ ਸੋ ਵੀ ਨੀਡ ਟੂ ਇਨਕਲੂਡ ਹੇਅਰ ਵਿਚ ਕਰਟਨ ਇਟ ਇਜ਼ ਇਹ ਕਿਹੜਾ ਕਰਟਨ ਹੈ ਵੈਨ ਐਂਡ ਵੇਅਰ ਡਿਡ ਯੂ ਸੀ ਇਟ ਤੁਸੀਂ ਕਦੋਂ ਅਤੇ ਕਿੱਥੇ ਇਸ ਨੂੰ ਦੇਖਿਆ ਵਟ ਇਟ ਲੁੱਕਸ ਲਾਈਕ ਇਹ ਕਿੱਦਾਂ ਦਾ ਦਿਖਦਾ ਹੈ ਐਂਡ ਵਾਈ ਯੂ ਲਾਈਕਡ ਇਟ ਸੋ ਮੱਚ ਅਤੇ ਤੁਹਾਨੂੰ ਇਹ ਕਿਉਂ ਇੰਨਾ ਪਸੰਦ ਹੈ So let's see the sample answer for this cue card. Well, a curtain is a piece of cloth which people use to decorate the interior windows of a house to prevent light coming inside and to stop anyone from seeing through because of privacy reasons. Curtain ek matlab kapde da piece hunda ਜਿਹੜਾ ਕਿ ਲੋਕ ਯੂਜ਼ ਕਰਦੇ ਆ ਡੈਕੋਰੇਟ ਕਰਨ ਲਈ ਇੰਟੀਰੀਅਰ ਵਿੰਡੋਜ਼ ਨੂੰ ਕਰਦੀਆਂ ਜਿਹੜੀਆਂ ਆਪਣੀਆਂ ਵਿੰਡੋਜ਼ ਹੁੰਦੀਆਂ ਐਂਡ ਟੂ ਪ੍ਰੀਵੈਂਟ ਲਾਈਟ ਕਮਿੰਗ ਇਨਸਾਈਡ ਤਾਂ ਕਿ ਲਾਈਟ ਬਾਹਰੋਂ ਨਾ ਆ ਸਕੇ ਅਤੇ ਬਾਹਰੋਂ ਕੋਈ ਦੇਖ ਨਾ ਸਕੇ ਪ੍ਰਾਈਵੇਸੀ ਰੀਜ਼ਨਸ ਕਰਕੇ ਕਰਟਨਸ ਆਰ ਐਨ ਅਸੈਂਸ਼ੀਅਲ ਪਾਰਟ ਆਫ ਹਾਊਸ ਫਰਨਿਸ਼ਿੰਗ ਐਂਡ ਵੀ ਕੈਨ ਸੀ ਦੈਮ ਇਨ ਐਵਰੀ ਹਾਊਸ ਕਰਟਨਸ ਇੱਕ ਬਹੁਤ ਮਤਲਬ ਅਸੈਂਸ਼ੀਅਲ ਪਾਰਟ ਹੁੰਦਾ ਘਰ ਦੀ ਫਰਨਿਸ਼ਿੰਗ ਜਦੋਂ ਆਪਾਂ ਕਰਦੇ ਹਾਂ ਐਂਡ ਇਹ ਹਰ ਇੱਕ ਘਰ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਟੂ ਬੀ ਓਨੈਸਟ ਆਈ ਹੈਵ ਨਾਟ ਐਵਰ ਕਮ ਅਕ੍ਰੋਸ ਦਿਸ ਟੋਪਿਕ ਟੂ ਬੀ ਡਿਸਕਸਡ ਬਿਫੋਰ ਓਨੈਸਟਲੀ ਮੈਂ ਇਹ ਕਦੇ ਵੀ ਟੋਪਿਕ ਮਤਲਬ ਡਿਸਕਸ ਨਹੀਂ ਕੀਤਾ ਕਿਸੇ ਨਾਲ ਇੰਨੀ ਡਿਟੇਲ ਦੇ ਵਿੱਚ ਹਾਓ ਐਵਰ ਆਈ ਵੁੱਡ ਲਾਈਕ ਟੂ ਟਾਕ ਅਬਾਊਟ ਏ ਬਿਊਟੀਫੁਲ ਕਰਟਨ ਵਿਚ ਆਈ ਸਾ ਐਟ ਮਾਈ ਫਰੈਂਡਸ ਹਾਊਸ ਮੈਂ ਇੱਥੇ ਡਿਸਕਸ ਕਰਨਾ ਚਾਹੁੰਦੀ ਹਾਂ ਇੱਕ ਬਿਊਟੀਫੁਲ ਕਰਟਨ ਬਾਰੇ ਜਿਹੜਾ ਮੈਂ ਆਪਣੀ ਫਰੈਂਡ ਦੇ ਘਰ ਦੇਖਿਆ ਸੀ ਮਾਈ ਫਰੈਂਡ ਬਿਲੋਂਗਸ ਟੂ ਅ ਵੈਰੀ ਰਿਚ ਫੈਮਿਲੀ ਮੇਰੀ ਫਰੈਂਡ ਇੱਕ ਬਹੁਤ ਰਿਚ ਫੈਮਿਲੀ ਨੂੰ ਬਿਲੋਂਗ ਕਰਦੀ ਆ ਐਂਡ ਦੇ ਰੀਸੈਂਟਲੀ ਸਪੈਂਟ ਫਾਰਚੂਨਸ ਔਨ ਦਾ ਫਰਨਿਸ਼ਿੰਗ ਆਫ ਦੇਅਰ 3-story ਹਾਊਸ ਉਹਨਾਂ ਨੇ ਕਾਫੀ ਵਧੀਆ ਮਤਲਬ ਕਾਫੀ ਖਰਚਾ ਕੀਤਾ ਗਾ ਆਪਣੇ ਘਰ ਨੂੰ ਫਰਨਿਸ਼ ਕਰਾਉਣ ਵਾਸਤੇ I visited her a few months back at her birthday party. ਮੈਂ ਉਹਨਾਂ ਦੇ ਘਰ ਵਿਜ਼ਿਟ ਕੀਤਾ ਸੀ ਥੋੜ੍ਹੇ ਮਹੀਨੇ ਪਹਿਲਾਂ ਉਹਦੀ ਬਰਥਡੇ ਪਾਰਟੀ 'ਤੇ I was really astonished by seeing her house. ਮੈਂ ਬਹੁਤ ਜ਼ਿਆਦਾ ਸਰਪ੍ਰਾਈਜ਼ਡ ਹੋ ਗਈ ਸੀ ਉਸਦਾ ਘਰ ਦੇਖ ਕੇ One thing which was the most eye-catching the curtains. ਅਤੇ ਇੱਕ ਚੀਜ਼ ਜਿਸਨੇ ਆਈ-ਕੈਚਿੰਗ ਕੀਤੀ ਮੇਰੀਆਂ ਮਤਲਬ ਬਹੁਤ ਜ਼ਿਆਦਾ ਆਈ ਕੈਚਿੰਗ ਸੀਗੀਆਂ ਉਹ ਸੀ ਕਰਟਨਸ ਦ ਕਰਟਨ ਵਿੱਚ ਮੈਸਮਰਾਈਜ਼ਡ ਮੀ ਵਾਜ਼ ਇਨ ਦ ਲਿਵਿੰਗ ਰੂਮ ਅਤੇ ਇੱਕ ਜਿਹੜਾ ਕਰਟਨ ਜਿਸਨੇ ਮੈਨੂੰ ਮੈਸਮਰਾਈਜ਼ ਕਰ ਦਿੱਤਾ ਉਹ ਲਿਵਿੰਗ ਰੂਮ ਦੇ ਵਿੱਚ ਸੀ ਦਿਸ ਕਰਟਨ ਵਾਜ਼ ਆਫ ਬਲੂ ਕਲਰ ਵਿਦ ਸਮ ਫਲੋਰਲ ਡਿਜ਼ਾਈਨ ਔਨ ਇਟ ਇਹ ਕਰਟਨ ਬਲੂ ਕਲਰ ਦਾ ਸੀ ਅਤੇ ਉਸ 'ਤੇ ਕੁਛ ਫੁੱਲਾਂ ਦਾ ਡਿਜ਼ਾਈਨ ਬਣਿਆ ਹੋਇਆ ਸੀ ਦ ਰੀਜ਼ਨ ਇਟ ਅਲੋਡ ਮੀ ਵਾਜ਼ ਇਟਸ ਸ਼ਾਈਨੀ ਲੁੱਕ ਬਿਕੋਜ਼ ਆਫ ਇਟਸ ਵੈਲਵਟ ਫੈਬਰਿਕ ਅਲੋਂਗ ਵਿਦ ਫ੍ਰਿਟਸ ਅਤੇ ਰੀਜ਼ਨ ਕੀ ਸੀ ਕਿ ਇਸਨੇ ਮੈਨੂੰ ਅਲੋਰ ਕੀਤਾ ਮਤਲਬ ਆਕਰਸ਼ਿਤ ਕੀਤਾ ਕਿ ਇਹ ਬਹੁਤ ਜ਼ਿਆਦਾ ਸ਼ਾਈਨੀ ਸੀਗਾ ਕਿਉਂਕਿ ਇਹ ਵੈਲਵਟ ਫੈਬਰਿਕ ਦਾ ਬਣਿਆ ਹੋਇਆ ਸੀ ਫਰਦਰ ਇਟ ਵਾਜ਼ ਏ ਸਮਾਰਟ ਕਰਟਨ ਦੈਟ ਕੁਡ ਬੀ ਕੰਟਰੋਲਡ ਬਾਈ ਏ ਰਿਮੋਟ ਇਸ ਤੋਂ ਇਲਾਵਾ ਇਹ ਸਮਾਰਟ ਕਰਟਨ ਸੀ ਜਿਹੜਾ ਕਿ ਆਪਾਂ ਰਿਮੋਟ ਨਾਲ ਕੰਟਰੋਲ ਕਰ ਸਕਦੇ ਹਾਂ ਦ ਕਰਟਨ ਹੈਡ ਫਿਊ ਲੇਅਰਸ ਕਰਟਨ ਦੀਆਂ ਕੁਛ ਲੇਅਰ ਬਣੀਆਂ ਹੋਈਆਂ ਸੀ ਐਂਡ ਬਾਈ ਚੇਂਜਿੰਗ ਦ ਲੇਅਰ ਦ ਸ਼ੇਡਸ ਆਫ ਫਲਾਵਰਸ ਕੁਡ ਬੀ ਚੇਂਜਡ ਅਤੇ ਜਦੋਂ ਆਪਾਂ ਲੇਅਰ ਚੇਂਜ ਕਰਦੇ ਸੀ ਤਾਂ ਉਹਦੀਆਂ ਫਲਾਵਰਸ ਦੀਆਂ ਸ਼ੇਡਸ ਸੀ ਜਿਹੜੀਆਂ ਉਹ ਵੀ ਚੇਂਜ ਹੁੰਦੀਆਂ ਸੀ Apart from this, the impressive floral design was matching with the furniture and walls of the room. ਇਸ ਤੋਂ ਇਲਾਵਾ impressive ਚੀਜ਼ ਇਹ ਸੀ ਕਿ ਜਿਹੜਾ design ਸੀ flowers ਦਾ ਉਹ match ਕਰਦਾ ਸੀ furniture ਨਾਲ ਅਤੇ walls ਨਾਲ.
दिस कर्टन वॉज वेरी एक्सपेंसिव, ये कर्टन काफी ज्यादा महंगा सी। Moreover, I was fascinated by knowing that we can control it while we lay on the bed, which gives us more convenience and ease. ਇਸ ਤੋਂ ਇਲਾਵਾ ਮੈਂ ਬਹੁਤ ਜ਼ਿਆਦਾ ਫੈਸੀਨੇਟਡ ਹੋਈ ਇਹ ਜਾਣ ਕੇ ਕਿ ਆਪਾਂ ਇਸਨੂੰ ਜਦੋਂ ਆਪਾਂ ਬੈੱਡ 'ਤੇ ਲੇਟੇ ਹੋਏ ਹਾਂ ਉਦੋਂ ਵੀ ਕੰਟਰੋਲ ਕਰ ਸਕਦੇ ਹਾਂ ਰਿਮੋਟ ਨਾਲ, ਜਿਸ ਨਾਲ ਕਿ ਆਪਾਂ ਨੂੰ ਬਹੁਤ ਜ਼ਿਆਦਾ ਕਨਵੀਨੀਅੰਸ ਮਿਲਦੀ ਆ ਅਤੇ ਈਜ਼ ਮਿਲਦੀ ਆ, ਈਜ਼ੀ ਹੋ ਜਾਂਦਾ। ਐਕਸਪੀਰੀਅੰਸਡ ਸੱਚ ਏ ਟਾਈਪ ਆਫ ਕਰਟਨ ਫੋਰ ਦ ਵੈਰੀ ਫਸਟ ਟਾਈਮ ਇਨ ਮਾਈ ਲਾਈਫ। ਮੈਂ ਇੱਦਾਂ ਦਾ ਕਰਟਨ ਆਪਣੀ ਲਾਈਫ ਦੇ ਵਿੱਚ ਪਹਿਲੀ ਵਾਰੀ ਦੇਖਿਆ, ਐਕਸਪੀਰੀਅੰਸ ਕੀਤਾ। When I asked my friend about the curtain, she said they bought it from a foreign online website. ਜਦੋਂ ਮੈਂ ਆਪਣੀ ਫਰੈਂਡ ਨੂੰ ਪੁੱਛਿਆ ਇਸ ਕਰਟਨ ਬਾਰੇ ਤਾਂ ਉਸਨੇ ਦੱਸਿਆ ਕਿ ਉਹਨਾਂ ਨੇ ਇੱਕ ਫੋਰਨ ਦੀ ਵੈਬਸਾਈਟ ਆ, ਔਨਲਾਈਨ ਵੈਬਸਾਈਟ ਆ, ਉਸ ਤੋਂ ਖਰੀਦਿਆ ਇਹ। ਆਫਟਰ ਕਮਿੰਗ ਬੈਕ ਆਈ ਸ਼ੇਅਰਡ ਮਾਈ ਐਕਸਪੀਰੀਅੰਸ ਵਿਦ ਮਾਈ ਫੈਮਿਲੀ ਮੈਂਬਰਸ। ਘਰ ਵਾਪਿਸ ਆਉਣ ਤੋਂ ਬਾਅਦ ਮੈਂ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਆਪਣੇ ਫੈਮਿਲੀ ਮੈਂਬਰਸ ਦੇ ਨਾਲ, ਐਂਡ ਦੇ ਵਰ ਆਲਸੋ ਐਕਸਾਈਟਡ ਟੂ ਬਾਏ ਦਿਸ ਕਾਇੰਡ ਆਫ ਕਰਟਨ। ਅਤੇ ਉਹ ਵੀ ਕਾਫੀ ਜ਼ਿਆਦਾ ਐਕਸਾਈਟਡ ਸੀ ਕਿ ਆਪਾਂ ਵੀ ਇੱਦਾਂ ਦਾ ਕਰਟਨ ਖਰੀਦੀਏ। So that's all in this cue card guys. ਅਤੇ ਜੇ ਤੁਹਾਨੂੰ ਪਸੰਦ ਆਇਆ ਪਲੀਜ਼ ਇਸ ਨੂੰ ਲਾਈਕ ਕਰੋ ਐਂਡ ਸ਼ੇਅਰ ਵਿਦ ਯੋਰ ਫਰੈਂਡਸ, ਐਂਡ ਲੈਟ ਮੀ ਨੋ ਇਨ ਦਾ ਕਮੈਂਟ ਸੈਕਸ਼ਨ ਵਿੱਚ ਕਿਊ ਕਾਰਡ ਯੂ ਵਾਂਟ ਮੀ ਟੂ ਅਪਲੋਡ ਨੈਕਸਟ, ਐਂਡ ਪਲੀਜ਼ ਡੋਂਟ ਫੋਰਗੈਟ ਟੂ ਸਬਸਕ੍ਰਾਈਬ ਮਾਈ ਚੈਨਲ। ਥੈਂਕ ਯੂ।